नौजवान पुत्र विदेश जाते हुए रस्ते चो ही वापस मुड़ाया, पर ज्योंदा नहीं बक्से च बंद हो गए। पुत्र दी लाश देख के परिवार दियां ताहां निकल गईयां। पूरे पिंड दा माहौल सोग भरिया है, हर किसी दियां अखां नम ने। दरअसल बीती 5 अगस्त नूं पिंड बागड़ियां दा नौजवान गुरपाल सिंह डोंकी ला के विदेश अमरीका जा रहा सी, पर डोंकी रूट च अमरीका जांदे वेले मैक्सीको दे इक हाईवे ते वापरे बस हादसे दौरान उस दी मौत हो गई। गुरपाल सिंह दी मृतक दे लगभग 25 दिनां बाद उस दे जद्दी पिंड बागड़ियां विखे पुज्जी है। गुरपाल सिंह अपने मापिया दा इकलौता पुत्तर सी। पोस्ट ग्रेजुएशन दी पढ़ाई बाद एक एजेंट राही अमरीका ले रवाना होया, पर बदकिस्मती नाल विदेश नहीं पहुंचया। मेरे को 7 तरीक नूं आए सीगे, और इन्हां दे सुमिंदर सिंह जिहड़े इन्हां दे बेटे दे चाचा जी ने, ओह मेरे को आए। उन्हां दे आन दे उपर ही ये सारी कारवाई हुई है। मैं उन्हां दी बाडी नूं मंगाउण वास्ते जित तक कोशिश हुई करके MP साहब दे नाल गल करके, MP साहब दे PA नाल गल करके, ਸਾਡੇ ਵਿਦੇਸ਼ ਮੰਤਰੀ ਜਿਹੜੇ ਜੈਸ਼ੰਕਰ ਜੀ ਉਹਨਾਂ ਦੇ ਨਾਲ ਗੱਲ ਕਰਕੇ ਕਿ ਬਾਡੀ ਨੂੰ ਇੱਥੇ ਵਾਪਸ ਮੰਗਾਇਆ ਗਿਆ। ਔਰ ਇਸ ਇਹਨੂੰ ਘੱਟੋ ਘੱਟ ਬਹੁਤ ਨਹੀਂ 20 ਦਿਨ ਦਾ ਟਾਈਮ ਲੱਗ ਗਿਆ ਬਾਡੀ ਇੱਥੇ ਲਿਆਉਣ ਦੇ, ਜੋ ਕਿ ਇਹਨਾਂ ਕੋਲੋਂ ਪਰਿਵਾਰ ਕੋਲੋਂ ਖਰਚਾ ਮੰਗ ਰਹੇ ਸੀ ਕੋਈ ਤਕਰੀਬਨ 15-18 ਲੱਖ ਰੁਪਇਆ, ਜੋ ਕਿ ਇਹਨਾਂ ਦਾ ਕੋਈ ਖਰਚਾ ਨਹੀਂ ਆਣ ਦਿੱਤਾ। ਇਸ ਪਾਰਟੀ ਮਤਲਬ BJP ਪਾਰਟੀ ਵੱਲੋਂ ਇਹ ਪਾਰਟੀ ਨੇ ਕੋਸ਼ਿਸ਼ ਕੀਤੀ ਅਤੇ ਇਹਨੂੰ ਬਾਡੀ ਨੂੰ ਇਹਨਾਂ ਦੇ ਘਰ ਤੱਕ ਪਹੁੰਚਾਇਆ। ਅੱਜ ਆਪਾਂ ਖੜੇ ਹਾਂ ਬਾਗੜੀਆਂ ਪਿੰਡ ਦੇ ਵਿੱਚ। ਇੱਥੇ ਸਾਡਾ ਨੌਜਵਾਨ ਵੀਰ ਜਿਹੜਾ ਲਗਭਗ 25 ਦਿਨ ਪਹਿਲਾਂ ਅਮਰੀਕਾ ਦੇ ਬਾਰਡਰ ਦੇ ਉੱਤੇ ਬੱਸ ਪਲਟਣ ਕਰਕੇ ਜਿਹੜਾ ਉਹਦੀ ਮੌਤ ਹੋ ਗਈ ਸੀ, ਉਦੋਂ ਤੋਂ ਜਿਹੜਾ ਪਰਿਵਾਰ ਸੀ ਬੜੀ ਵੱਡੀ ਪਰੇਸ਼ਾਨੀ ਦੇ, ਇਲਾਕੇ ਦੇ ਵਿੱਚ ਬੜਾ ਵੱਡਾ ਸੋਗ ਸੀ ਸਾਰੇ ਇਲਾਕੇ ਦੇ ਵਿੱਚ। ਅੱਜ ਉਹਦੀ ਮ੍ਰਿਤਕ ਦੇਹ ਜਿਹੜੀ ਆ ਪਿੰਡ ਪਹੁੰਚੀ ਹੈ, ਅੱਜ ਉਹਦੇ ਸੰਸਕਾਰ ਵਾਸਤੇ ਜਾ ਰਹੇ ਹਾਂ। ਬੜੀ ਦੁਖਦਾਈ ਜਿਹੜੀ ਹੈ ਪੰਜਾਬ ਵਾਸਤੇ, ਇੱਕ ਬੜਾ ਦੁਖਾਂਤ ਹੈ ਵੱਡਾ ਕਿ ਨੌਜਵਾਨੀ ਜਿਹੜੀ ਹੈ ਉਹ ਪਹਿਲਾਂ ਬਾਹਰ ਚਲੀ ਗਈ ਅਤੇ ਜਿਹੜੀ ਜਾ ਰਹੀ ਹੈ ਉਹ ਰਸਤੇ ਦੇ ਵਿੱਚ ਜਿਹੜੀ ਆਪਣੇ ਇਸ ਤਰ੍ਹਾਂ ਜ਼ਿੰਦਗੀਆਂ ਗਵਾ ਰਹੀ ਹੈ। ਅਤੇ ਸਰਕਾਰਾਂ ਨੂੰ ਵੀ ਚਾਹੀਦਾ ਕਿ ਜਿਹੜਾ ਇੱਥੇ ਸਾਡੇ ਭਾਰਤ ਦਾ ਪੰਜਾਬ ਦਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਸੁਧਾਰ ਕਰਕੇ ਅਤੇ ਨੌਜਵਾਨਾਂ ਨੂੰ ਇੱਥੇ ਜਿਹੜੀ ਹੈ ਉਹਨਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਰਨ, ਨਾ ਕਿ ਇਸ ਤਰ੍ਹਾਂ ਜਿਹੜਾ ਮਾਪਿਆਂ ਦਾ ਵੀ ਇੰਨਾ ਮਾਤਾ ਪਿਤਾ ਦਾ ਜੋ ਬੁਰਾ ਹਾਲ ਹੋ ਰਿਹਾ ਅਤੇ ਨੌਜਵਾਨੀ ਜਿਹੜੀ ਰੁਲ ਰਹੀ ਹੈ ਉਹਦੇ ਵੱਲ ਸਰਕਾਰਾਂ ਨੂੰ। ਹਾਦਸਾਗ੍ਰਸਤ ਬੱਸ ਜਿਸ 'ਚ ਗੁਰਪਾਲ ਸਿੰਘ ਤੋਂ ਇਲਾਵਾ ਹੋਰ 6 ਭਾਰਤੀ ਵੀ ਮਾਰੇ ਗਏ ਸਨ। ਗੁਰਪਾਲ ਸਿੰਘ ਦੀ ਲਾਸ਼ ਪਿੰਡ ਪਹੁੰਚਣ ਤੇ ਪਰਿਵਾਰ ਤੇ ਪਿੰਡ ਦੇ ਲੋਕ ਗਮਗੀਨ ਨਜ਼ਰ ਆਏ। ਇਸ ਸੋਗ ਦੇ ਮੌਕੇ ਤੇ ਪਹੁੰਚੇ ਲੋਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ 'ਚ ਅਸਫਲ ਹੈ, ਇਸ ਲਈ ਨੌਜਵਾਨ ਮੈਕਸੀਕੋ ਤੇ ਪਨਾਮਾ ਦੇ ਜੰਗਲਾਂ 'ਚ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਨੇ। ਦਰਅਸਲ ਪੰਜਾਬ ਦੇ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਰੁਝਾਨ ਬੀਤੇ ਕੁਝ ਸਾਲਾਂ 'ਚ ਵੱਧ ਗਿਆ। ਕਈ ਨੌਜਵਾਨ 2 ਨੰਬਰ ਡੋਂਕੀ ਦੇ ਰਸਤੇ ਵਿਦੇਸ਼ ਪਹੁੰਚਣਾ ਚਾਹੁੰਦੇ ਨੇ, ਪਰ ਕਈ ਦਫਾ ਇਸ 2 ਨੰਬਰ ਦੇ ਰਸਤੇ ਦੀ ਕੀਮਤ ਉਹਨਾਂ ਨੂੰ ਆਪਣੀ ਜਾਨ ਦੇ ਕੇ ਵੀ ਚੁਕਾਉਣੀ ਪੈਂਦੀ ਹੈ। ਵਾਕਈ ਸੋਚਣ ਵਾਲੀ ਗੱਲ ਹੈ ਕਿ ਪੰਜਾਬ ਦੇ ਹਾਲਾਤ ਮਾੜੇ ਹੋ ਗਏ ਨੇ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ, ਸਪੋਕਸਮੈਨ TV।